ਤੇ ਪੰਜਵੇਂ ਮਹੀਨੇ ਦੀ 4 ਤਰੀਕ ਨੂੰ ਤੇ 5 ਤਰੀਕ ਨੂੰ ਮੇ ਜਾਂਜਿਆ ਜੀ ਮਗਰ ਤੋਂ ਜਾਣ ਜਨਾ ਬੰਦੇ ਲਾਏ ਸੀ ਜੀ ਉਹਨਾਂ ਨੇ ਭੇਜੇ ਨਹੀਂ ਜੀ ਇਹ ਜਿੱਦੋਂ ਵੀ ਡਿਊਟੀ ਤੇ ਆਉਂਦੇ ਨੇ ਨਾ ਆਪਣੇ ਰਾਈਟ ਟਾਈਮ ਆਉਂਦੇ ਰਾਈਟ ਟਾਈਮ ਵੀ ਜਾਂਦੇ ਆ ਇਹ ਤਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹ ਤੋਂ ਗਹਿਰਾ ਦੇ ਹੋਰ ਤਰਨ ਤਰਨ ਦੇ ਬਾਈਪਾਸ ਦੇ ਉੱਤੇ ਖੜੇ ਹਾਂ ਜਿੱਥੇ ਕਿ ਚਾਰ ਚੌਰਾਹੇ ਲੱਗਦੇ ਨੇ ਇਹ ਰਸਤਾ ਜਿਹੜਾ ਵਾ ਤਰਨ ਤਰਨ ਨੂੰ ਜਾਂਦਾ ਹੈ ਤਾਂ ਦੂਸਰਾ ਰਸਤਾ ਅਟਾਰੀ ਬਾਰਡਰ ਨੂੰ ਜਾਂਦਾ ਹੈ ਤਾਂ ਤੀਸਰਾ ਰਸਤਾ ਜਿਹੜਾ ਵਾ ਉਹ ਅੰਮ੍ਰਿਤਸਰ ਵੱਲ ਨੂੰ ਜਾਂਦਾ ਹੈ ਔਰ ਇਹ ਚੌਰਾਹਾ ਵਾ ਚੌਰਾਹਾ ਚੌਂਕ ਜਿੱਥੇ ਕਿ ਪੋਸਟ ਵੀ ਬਣੀ ਹੈ ਚੈੱਕ ਪੋਸਟ ਚੈੱਕ ਪੋਸਟ ਤੁਸੀਂ ਵੇਖ ਸਕਦੇ ਤਸਵੀਰਾਂ ਜ਼ਰੀਏ ਔਰ ਜਿਹੜਾ ਇਹ ਚੌਥਾ ਰਸਤਾ ਹੈ ਇਹ ਹਰੀ ਕੇ ਰਾਜਸਥਾਨ ਰਸਤਾ ਜਾਂਦਾ ਹੈ ਔਰ ਇਸ ਨਾਕੇ ਬਾਰੇ ਅਸੀਂ ਕਵਾਂਗੇ ਤੁਹਾਨੂੰ ਤੁਸੀਂ ਵੇਖ ਸਕਦੇ ਤਸਵੀਰਾਂ ਜ਼ਰੀਏ ਕਿ ਪੁਲਿਸ ਦਾ ਨਾਕਾ ਦੇ ਉੱਤੇ ਪੁਲਿਸ ਕਰਮੀ ਤਾਂ ਹੈ ਅਗਰ ਕੋਈ ਗੱਲਬਾਤ ਹੋ ਜਾਵੇ ਤਾਂ ਇਹ ਦੇਖ ਸਕਦੇ ਜੋ ਕਿ ਪੁਲਿਸ ਕਰਮੀ ਜਿਹੜੇ ਨੇ ਇਹ ਖੁਦ ਇਹਨਾਂ ਦੇ ਸੱਟ ਲੱਗੀ ਹੋਈ ਹੈ ਕਿਸੇ ਪਾਸੇ ਇਹ ਆਪ ਵੀ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਕੋਲ ਅਗਰ ਕੋਈ ਗੱਲ ਹੋ ਗਈ ਤਾਂ ਆਹ ਦੇਖ ਸਕਦੇ ਜੋ ਕਿ ਇਹਨਾਂ ਦੇ ਪੈਰਾਂ ਉੱਤੇ ਪੱਟੀਆਂ ਕੀਤੀਆਂ ਨੇ ਪਰ ਡਿਊਟੀ ਆਪਣੀ ਇਹ ਜ਼ਰੂਰ ਦੇ ਰਹੇ ਨੇ ਤੇ ਇਹਨਾਂ ਨਾਲ ਗੱਲ ਕਰਾਂਗੇ ਤੇ ਕੀ ਨਾਂ ਜੀ ਤੁਹਾਡਾ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਇਹ ਕਿਹੜਾ ਚੌਂਕ ਵੱਜਦਾ ਚਿਤਬਾਲ ਚੌਂਕ ਦੱਸਿਆ ਜਾਂਦਾ ਪਰ ਜਿੱਥੇ ਕੋਈ ਗੜਬੜ ਹੋ ਜੇ ਤਾਂ ਕੋਈ ਪਰਸ ਖੋਲੇ ਕਿਸੇ ਦਾ ਮੋਬਾਈਲ ਖੋਲੇ ਕੋਈ ਕੋਈ ਚੀਜ਼ ਇਸ ਤਰ੍ਹਾਂ ਕਰ ਦੇਵੇ ਤਾਂ ਤੁਹਾਨੂੰ ਤੇ ਸੱਟ ਲੱਗੀ ਹੈ ਤੇ ਪਰ ਤੁਸੀਂ ਤੇ ਜਾ ਨਹੀਂ ਸਕਦੇ ਕੀ ਕਰ ਸਕਦੇ ਜੀ ਅੱਛਾ ਤੇ ਇਸ ਬਾਰੇ ਆਪਣੇ ਅਫਸਰਾਂ ਤੋਂ ਛੁੱਟੀ ਵਗੈਰਾ ਨਹੀਂ ਮੰਗੇ ਕਿ ਮੈਨੂੰ ਲੜਕੀ ਦੀ ਸ਼ਾਦੀ ਹੈ ਮੇਰੀ ਦੀ ਇਹ ਪੰਜਵੇਂ ਮਹੀਨੇ ਦੀ 4 ਤਰੀਕ ਨੂੰ ਤੇ 5 ਤਰੀਕ ਨੂੰ ਮੇ ਜਾਂਜਿਆ ਜੀ ਅੱਛਾ ਤੇ ਛੁੱਟੀ ਅਜੇ ਮੈਂ ਤਾਂ ਨਹੀਂ ਲੈਂਦਾ ਜੀ ਕਿ ਮੇਰੀ ਛੁੱਟੀ ਹੁਣ ਲੈ ਲਈ ਤੇ ਮੇਰੀ ਖਤਮ ਹੋ ਜਾਣੀ ਜੀ ਤੇ ਮੁੜ ਕੇ ਮੇਰੀ ਗੁੱਡੀ ਦੀ ਸ਼ਾਦੀ ਰਹਿ ਨਹੀਂ ਫਿਰ ਵਿਆਹ ਰਹਿ ਜਾਏਗਾ ਹਾਂਜੀ ਪਰ ਜੇ ਅਗਰ ਕੋਈ ਗੜਬੜ ਇੱਥੇ ਹੁੰਦੀ ਆ ਕਿਸੇ ਤਰੀਕੇ ਦੀ ਤਾਂ ਫਿਰ ਕੀ ਕਰੋਗੇ ਕਿਸ ਤਰ੍ਹਾਂ ਤੇ ਪਤਾ ਲੱਗੇਗਾ ਕਿ ਤੁਹਾਨੂੰ ਮਗਰ ਤੇ ਜਾਇਆ ਜਾਣਾ ਮਗਰ ਤੋਂ ਜਾਣ ਜਾਣਾ ਬੰਦੇ ਲਾਏ ਸੀ ਜੀ ਉਹਨਾਂ ਨੇ ਭੇਜੇ ਨਹੀਂ ਗੇ ਜੀ ਕਿੱਥੋਂ ਨਹੀਂ ਭੇਜੇ ਉਹਨਾਂ ਨੇ ਉਸੀ ਬ੍ਰਾਂਚ ਚ ਬੰਦੇ ਲੱਗੇ ਆ ਜੀ ਤੇ ਇੱਕ ਆਪਣਾ ਸੁੱਖਾ ਸਿੰਘ ਠਾਣੇਦਾਰ ਸਾਹਿਬ ਜੀ ਉਹਨੂੰ ਠਾਣੇ ਰੱਖ ਲਿਆ ਜੀ ਹਾਂਜੀ ਇਹ ਸਨ ਜਿਹੜੇ ਏਐਸਆਈ ਨੇ ਤੁਸੀਂ ਵੇਖ ਸਕਦੇ ਜੋ ਕਿ ਇਹਨਾਂ ਦੇ ਸੱਟ ਲੱਗੀ ਹੋਈ ਹੈ ਔਰ ਅਗਰ ਇੱਥੇ ਕਿਸੇ ਦਾ ਕੋਈ ਮੋਬਾਈਲ ਖੋ ਕੇ ਜਾਂਦਾ ਹੈ ਜਾਂ ਕੋਈ ਚੋਰੀ ਕਰ ਲੈਂਦਾ ਹੈ ਤਾਂ ਇਹ ਤਾਂ ਨਹੀਂ ਭੱਜ ਸਕਦੇ ਕਿਉਂਕਿ ਇਹ ਸੱਟ ਲੱਗੀ ਹੋਈ ਹੈ ਇਹ ਜਿਸ ਤਰ੍ਹਾਂ ਇਹਨਾਂ ਦੇ ਸੱਟ ਲੱਗੀ ਹੈ ਇੱਥੇ ਕੋਈ ਮੋਬਾਈਲ ਕਹਿੰਦੇ ਪਤਾ ਲੱਗ ਜਾਂਦਾ ਕੋਈ ਮੋਬਾਈਲ ਖੋ ਕੇ ਭੱਜਦਾ ਵਾ ਕਦੀ ਕੁਛ ਹੁੰਦਾ ਵਾ ਤਾਂ ਫਿਰ ਇਹ ਕਿਸ ਤਰ੍ਹਾਂ ਕਰਨਗੇ ਇਹ ਜਦੋਂ ਵੀ ਡਿਊਟੀ ਤੇ ਆਉਂਦੇ ਨੇ ਨਾ ਆਪਣੇ ਰਾਈਟ ਟਾਈਮ ਆਉਂਦੇ ਰਾਈਟ ਟਾਈਮ ਵੀ ਜਾਂਦੇ ਆ ਇਹ ਇਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹ ਤੋਂ ਗਹਿਰਾ ਜੋ ਸਭ ਤੋਂ ਵੱਡੀ ਗੱਲ ਹੈ ਉਸ ਤੋਂ ਬਾਅਦ ਲੇਡੀਜ਼ ਵੀ ਹੁੰਦੀ ਆ ਨਾਲ ਦੋ ਤਿੰਨ ਮੁਲਾਜ਼ਮ ਹੈਗੇ ਨੇ ਕੋਈ ਵੀ ਨਜ਼ਰ ਨਹੀਂ ਆਉਂਦੇ ਜੇ ਹੁਣ ਕੋਈ ਮੋਬਾਈਲ ਖੋ ਕੇ ਭੱਜਦਾ ਵਾ ਤੇ ਫਿਰ ਇਹ ਕਿਸ ਤਰ੍ਹਾਂ ਫੜਨਗੇ ਇਹ ਤੇ ਭੱਜ ਨਹੀਂ ਸਕਦੇ ਤੁਹਾਡੀ ਗੱਲ ਠੀਕ ਆ ਸਰ ਜੀ ਪਰ ਇਹਦੇ ਨਾਲ ਇਹ ਹੈ ਵੀ ਇੱਥੇ ਹੁਣ 12 ਘੰਟੇ ਦਾ ਨਾਕਾ ਹੈ ਇਹਨਾਂ ਦਾ 12 ਘੰਟੇ ਦੀ ਡਿਊਟੀ ਆ ਹਾਂਜੀ ਮੋਬਾਈਲ ਖੋਇਆ ਗਿਆ ਜਾਂ ਕੋਈ ਵਾਕਿਆ ਹੋਇਆ ਤਾਂ ਫਿਰ ਇੱਥੇ ਇਹ ਵੱਡੀ ਮੁਸ਼ਕਿਲ ਆਏਗੀ ਚੈੱਕ ਪੋਸਟ ਇੱਕ ਪੰਜਾਬ ਹਾਈਲੈਂਡ ਦੇ ਤਾਂ ਪਹਿਲਾਂ ਰਾਤ ਦੇ ਤੜਕੇ ਸਮੇਂ 4:30 ਵਜੇ ਤਕਰੀਬ ਅਸੀਂ ਇੱਥੋਂ ਹੀ ਖਬਰ ਲਗਾਈ ਸੀ ਉਸ ਵਕਤ ਵੀ ਇੱਕੋ ਹੀ ਮੁਲਾਜ਼ਮ ਸੀ ਤੇ ਅਗਰ ਜੇ ਸ਼ਾਮ ਦੀ ਗੱਲ ਕਰਾਂਗੇ ਤਾਂ ਸ਼ਾਮ ਨੂੰ ਇੱਥੇ ਗੱਡੀਆਂ ਹੋਣਗੀਆਂ ਪੁਲਿਸ ਹੋਵੇਗੀ ਪਰ ਜੇ ਸਵੇਰ ਦਾ ਵੇਲਾ ਵੇਖਿਆ ਜਾਵੇ ਤਾਂ ਸਵੇਰ ਦੇ ਵੇਲੇ ਵਿੱਚ ਇੱਕੋ ਹੀ ਪੁਲਿਸ ਕਰਮੀ ਤੇ ਕੋਈ ਵੀ ਹੋਰ ਦੂਸਰਾ ਜਿਹੜਾ ਨਜ਼ਰ ਨਹੀਂ ਆ ਰਿਹਾ ਕਿਸੇ ਤਰ੍ਹਾਂ ਦੀ ਕੋਈ ਵਾਕਿਆ ਹੁੰਦਾ ਹੈ ਤਾਂ ਫਿਰ ਕਹਿੰਦੇ ਨੇ ਸਿਆਣੇ ਸੱਪ ਨਿਕਲੇ ਤਾਂ ਲਕੀਰ ਪਟਣੀ ਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਸਰਕਾਰ ਔਰ ਪ੍ਰਸ਼ਾਸਨ ਵੇਖਣਾ ਹੋਏਗਾ ਕਿੰਨੀ ਜਲਦੀ ਜਿਹੜਾ ਇਹ ਪੱਕਾ ਨਾਕਾ ਹੈ ਤਾਂ ਇਸ ਨਾਕੇ ਉੱਤੇ ਪੁਲਿਸ ਤੈਨਾਤ ਰਹਿੰਦੀ ਹੈ ਵਿਜੇ ਕੁਮਾਰ ਜਗਬਾਣੀ ਟੀਵੀ ਤਰਨ ਤਾਰਨ